ਪੜਿਆ ਕਰ ਫਿਰ ਅਫਸਰ ਬਣ ਕੇ ਫਿਰ ਗਰੀਬੀਆਂ ਚੱਕੇ ਜਾਣ ਅੱਛਾ ਪੜਾਈ ਤੂੰ ਪੜ ਲੈ ਬੇਟਾ ਭਾਰੀ ਪੜਿਆ ਕਰੋ ਬਸ ਕੁੜੀਆਂ ਤਾਂ ਵੈਸੇ ਵੀ ਬਹੁਤ ਇੰਟੈਲੀਜੈਂਟ ਹੁੰਦੀਆਂ ਕਣਕ ਹੋਵੇ ਕਣਕ ਪਿਹਾਇਆ ਹੋਇਆ ਆਟਾ ਵੀ ਆਊਗਾ ਤਾਜ਼ਾ ਪਿਹਾਵਾਂ ਨੇ ਕਿਉਂਕਿ ਆਟਾ ਜੇ ਜ਼ਿਆਦਾ ਦੇਰ ਪੈਸੇ ਪੁਸੇ ਨੀ ਖੁੱਲੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਘਰ ਘਰ ਰਾਸ਼ਨ ਵੰਡਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਵੱਲੋਂ ਕੀਤੀ ਗਈ ਇਸ ਸਕੀਮ ਦਾ ਪੰਜਾਬ ਦੇ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ ਤੇ ਹੁਣ ਲੋਕਾਂ ਨੂੰ ਰਾਸ਼ਨ ਲੈਣ ਦੇ ਲਈ ਤੇ ਹੁਣ ਲੋਕਾਂ ਨੂੰ ਸਰਕਾਰੀ ਰਾਸ਼ਨ ਲੈਣ ਦੇ ਲਈ ਕਿਸੇ ਵੀ ਲਾਈਨ 'ਚ ਨਹੀਂ ਲੱਗਣਾ ਪਵੇਗਾ। ਅੱਜ ਇਸ ਸਕੀਮ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਖੁਦ ਘਰ ਘਰ ਤੱਕ ਲੋਕਾਂ ਨੂੰ ਰਾਸ਼ਨ ਦੇਣ ਪਹੁੰਚੇ। ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀਆਂ ਵੱਲੋਂ ਅੱਜ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਤੇ ਘਰ ਘਰ ਜਾ ਕੇ ਲੋਕਾਂ ਨੂੰ ਸਰਕਾਰੀ ਰਾਸ਼ਨ ਦਿੱਤਾ ਗਿਆ। ਇਸ ਮੌਕੇ ਭਗਵੰਤ ਸਿੰਘ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਆਪਣੇ ਦਰਵਾਜ਼ਿਆਂ ਤੇ ਦੇਖ ਕੇ ਲੋਕ ਕਾਫੀ ਹੈਰਾਨ ਵੀ ਹੋਏ ਤੇ ਉਹਨਾਂ ਨੇ ਸਰਕਾਰ ਦੀ ਇਸ ਸਕੀਮ ਦੇ ਉੱਤੇ ਖੁਸ਼ੀ ਵੀ ਜਤਾਈ। ਦੱਸ ਦਈਏ ਕਿ ਸਰਕਾਰੀ ਰਾਸ਼ਨ ਨੂੰ ਘਰ ਘਰ ਪਹੁੰਚਾਉਣ ਦੀ ਸਕੀਮ ਸ਼ੁਰੂ ਕਰਨ ਵਾਲੀ ਪੰਜਾਬ ਦੀ ਸਰਕਾਰ ਦੇਸ਼ ਦੀ ਦੂਜੀ ਸਰਕਾਰ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਸ ਸਕੀਮ ਨੂੰ ਕਾਫੀ ਸਾਲਾਂ ਤੋਂ ਲਾਗੂ ਕੀਤਾ ਹੋਇਆ ਹੈ। ਸਰਕਾਰ ਵੱਲੋਂ ਇਸ ਸਕੀਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਕੀਮ ਦਾ ਐਲਾਨ ਆਪਣੇ ਚੁਣਾਵੀ ਵਾਅਦਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਕੀਤਾ ਸੀ। ਦੱਸ ਦਈਏ ਕਿ ਹੁਣ ਸਰਕਾਰੀ ਰਾਸ਼ਨ ਲੋਕਾਂ ਦੇ ਘਰਾਂ ਤੱਕ ਪਹੁੰਚੇਗਾ। ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਦਿੱਤੀ ਜਾਂਦੀ ਹਰ ਸੁਵਿਧਾ ਲੋਕਾਂ ਦੇ ਦੁਆਰ ਪਹੁੰਚਣ ਦੀ ਸ਼ੁਰੂਆਤ ਇਸ ਤੋਂ ਪਹਿਲਾਂ ਵੀ ਸਰਕਾਰ ਵੱਲੋਂ ਕੀਤੀ ਜਾ ਚੁੱਕੀ ਹੈ। ਫਿਲਹਾਲ ਅੱਜ ਪੰਜਾਬ ਦੀਆਂ ਗਲੀਆਂ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਤੇ ਖੁਸ਼ ਹੁੰਦੇ ਦਿਖਾਈ ਦਿੱਤੇ। ਕੋਈ ਗੱਲ ਨੀ, ਤੁਸੀਂ ਲਿਖ ਲਾਂਗੇ ਅਸੀਂ ਤੇ ਖਾਸ ਤੌਰ ਤੇ ਇਹੋ ਜਿਹੇ ਪਰਿਵਾਰ ਜਿਹੜੇ ਇੱਕੋ ਬੰਦੇ ਤੇ ਡਿਪੈਂਡੈਂਟ ਨੇ, ਬਜ਼ੁਰਗਾਂ ਤੋਂ ਹੁਣ ਕਿੱਥੇ ਕੰਮ ਹੋਊਗਾ। ਨਹੀਂ ਕੋਈ ਨੀ, ਥੋੜਾ ਥੋੜਾ ਪਹਿਲਾਂ ਰਾਸ਼ਨ ਆ ਦੇਣਾ, ਹੁਣ ਤੁਹਾਨੂੰ ਕਿਤੇ ਜਾਣਾ ਨੀ ਪੈਣਾ। ਜਿਵੇਂ ਤੁਸੀਂ ਕਹਿੰਦੇ ਹੋ ਨਾ ਪਰਮਾਤਮਾ ਵੱਲੋਂ ਪਾਹਜ, ਚਲੋ ਕੋਈ ਨੀ, ਰੱਬ ਦੀ ਮਰਜ਼ੀ ਹੈ, ਪਰ ਜਾਣਾ ਨੀ ਕਿਤੇ ਪੈਣਾ। ਹੱਲ ਤੁਹਾਡੇ ਘਰੇ ਆਇਆ ਕਰੂਗਾ, ਹੁਣ ਨਾਲ ਖਾ ਦਿਆ ਕਰੋ ਬਸ, ਬਾਕੀ ਕੰਮ ਸਾਡੇ। ਬਾਕੀ ਨੌਕਰੀ ਬਾਰੇ ਜਾਂ ਕੋਈ ਕੰਮ ਕਾਰ ਬਾਰੇ ਨਾ ਉਹ ਅਸੀਂ ਲਿਖਾ ਦਿੰਦੇ ਹਾਂ, ਲਿਖ ਲਾਂਗੇ, ਸਾਰਿਆਂ ਨੂੰ ਦੇ ਰਹੇ ਹਾਂ। ਤੁਹਾਡੇ ਘਰ ਦੀ ਵਾਰੀ ਵੀ ਆਊਗੀ ਸਾਰਿਆਂ ਨੂੰ। ਧੰਨਵਾਦ ਦੀਦੀ। ਹਾਂ ਜੀ, ਗਲੀ ਵੱਡੀ ਹੈ, ਇਸਮੇ ਆਗੇ ਰਸਤਾ ਨਹੀਂ ਥਾ ਤੋ ਟਰੱਕ ਆਗੇ ਰੁਕ ਜਾਤਾ, ਵਾਪਸ ਵੀ ਹੁਣ ਘਰੇ ਆਇਆ ਕਰੂਗਾ ਰਾਸ਼ਨ। ਹੁਣ ਕਿਤੇ ਜੇ ਕਿਤੇ ਕੰਮ ਤੇ ਗਏ ਹੋਏ ਜਾਂ ਕਿਤੇ, ਇਹ ਨੀ ਹੈਗਾ ਜ਼ਰੂਰੀ ਵੀ ਰਾਸ਼ਨ ਵਾਲਾ ਆਏ ਸੀ ਸਾਨੂੰ ਮਿਲਿਆ ਨੀ ਨਾ, ਜਾਂ ਡੀਪੂ ਤੇ ਲਾਈਨਾਂ ਚ ਲੱਗਣ ਦੀ ਲੋੜ ਨੀ ਪੈਣੀ। ਤੇ ਇਹ ਵੀ ਤੁਹਾਡੇ ਕੋਲ ਹੈਗਾ ਵੀ ਕਣਕ ਲੈਣੀ ਹੈ ਜਾਂ ਆਟਾ ਲੈਣਾ, ਪਿਹਾ ਕੇ ਵੀ ਦੇਵਾਂਗੇ। ਸਰ ਇੱਕ ਆਪਣੇ ਬੇਟੇ ਦਾ ਨਾ ਸੰਗਰੂਰ ਇਲਾਜ ਚੱਲ ਰਿਹਾ ਜੀ, ਕਾਹਦੇ ਚ? ਕੈਂਸਰ ਹਸਪੀਟਲ, ਟਾਟਾ ਹਸਪੀਟਲ ਚ। ਮੈਨੂੰ ਤੁਸੀਂ ਦੇ ਦਿਓ ਸੰਗਰੂਰ, ਮੈਂ ਕਹਿ ਦਿੰਦਾ ਉਹ ਸਾਰਾ ਫ੍ਰੀ ਕਰਾਵਾਂਗੇ, ਠੀਕ ਹੈ ਸਰ। ਉਹਦੇ ਕੋਈ ਪੈਸੇ ਨਹੀਂ ਲੱਗੂਗਾ ਤੁਹਾਡਾ ਸੰਗਰੂਰ ਦਾ, ਦੇਖੀ ਸੰਗਰੂਰ ਟਾਟਾ ਚ ਨਾ, ਹਾਂਜੀ ਕੈਂਸਰ ਚ ਉਹ ਇਲਾਜ ਚੱਲ ਰਿਹਾ ਆਪਣੀ ਕੈਂਸਰ ਯੋਜਨਾ ਚ, ਉਹਨਾਂ ਨੂੰ ਪੈਸੇ ਮਾਫ਼ ਕਰਾਉਣੇ, ਠੀਕ ਹੈ ਜੀ, ਮੈਂ ਕਰਾ, ਕੋਈ ਪੈਸਾ ਨਹੀਂ ਲੱਗੂਗਾ ਨਾ। ਬੀਪੀਐਲ ਕਾਰਡ ਹੈ ਜ਼ਿਆਦਾ ਹੈ ਥੋੜ੍ਹੇ ਆਰ ਪਿੱਟ ਦੂਗਾ।
ਪੜਿਆ ਕਰ ਫਿਰ ਅਫਸਰ ਬਣ ਕੇ ਫਿਰ ਗਰੀਬੀਆਂ ਚੱਕੇ ਜਾਣ। ਅੱਛਾ ਪੜ੍ਹਾਈ ਕਰ ਕਿਹੜੇ? ਅੱਛਾ ਇਲਾਜ ਚੱਲਦਾ ਕੈਂਸਰ ਦਾ। ਅੱਛਾ ਕੀ ਕਹਿੰਦੇ ਹੁਣ? ਪਹਿਲੀ ਸਟੇਜ ਹੈ। ਅੱਛਾ ਤੇ ਹੁਣ ਸੰਗਰੂਰ ਜਾਂਦੇ ਹੋ ਜਾਂ ਚੰਡੀਗੜ੍ਹ? ਕੋਈ ਨੀ, ਹੁਣ ਤੁਸੀਂ ਸੰਗਰੂਰ ਵਾਲਾ ਸਾਰਾ ਸਾਨੂੰ ਦੇ ਦਿਓ ਪਹਿਲਾਂ ਵਾਲੇ ਉਹ ਪਰਚੀਆਂ, ਸਾਰਾ ਫ੍ਰੀ ਹੋ। ਨਾ ਨਾ ਕੋਈ ਨੀ, ਉਮਰ ਯੰਗ ਉਮਰ ਹੈ, ਮੁੰਡਾ ਰਿਕਵਰ ਕਰ ਜੂ, ਪਰਮਾਤਮਾ ਮਿਹਰ ਕਰੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ? ਠੀਕ ਹੋ? ਕੀ ਕਰਦੇ ਹੋ? ਪੜ੍ਹਦੇ ਹੋ? ਬੀਕੌਮ ਕਰ ਰਹੇ ਹੋ? ਨਹੀਂ ਨਹੀਂ, ਤੁਸੀਂ ਪੜ੍ਹੋਗੇ ਤਾਂ ਮੈਰਿਟ 'ਚ ਆਓਗੇ, ਤਾਂ ਕੋਈ ਰੋਕ ਹੀ ਨਹੀਂ ਸਕਦਾ। ਨਾ ਕੋਈ ਸਿਫਾਰਿਸ਼ ਚੱਲੂਗੀ, ਨਾ ਕੋਈ ਪੈਸਾ ਚੱਲੂਗਾ। ਕੇਜਰੀਵਾਲ ਸਾਹਿਬ ਨੇ ਕਿਹਾ ਹੋਇਆ ਕਿ ਕਿਸੇ ਬੱਚੇ ਨੂੰ ਇਹੋ ਜਿਹੇ ਨੂੰ ਜਿਹੜਾ ਪੜ੍ਹਨ ਵਾਲਾ ਬੱਚਾ ਉਹਨੂੰ ਨੌਕਰੀ ਤੋਂ ਬਿਨਾਂ ਰਹਿਣ ਦੇ। ਪੜ੍ਹੋ, ਨਹੀਂ ਮਿਹਨਤ ਮੁੱਲ ਪਊਗਾ, ਮਿਹਨਤ ਮੁੱਲ ਜ਼ਰੂਰ। ਤੂੰ ਪੜ੍ਹ ਲੈ ਬੇਟਾ, ਭਾਰੀ ਪੜ੍ਹਿਆ ਕਰੋ ਬਸ। ਕੁੜੀਆਂ ਤਾਂ ਵੈਸੇ ਵੀ ਬਹੁਤ ਇੰਟੈਲੀਜੈਂਟ ਹੁੰਦੀਆਂ। ਕਿਸੇ ਨਿਯੁਕਤੀ ਪੱਤਰ ਸਮਾਰੋਹ ਚ ਮਿਲਾਂਗੇ ਜਿਹਦੇ ਨੌਕਰੀ ਦੇਣ ਦੇ। ਆਜ ਬੇਟਾ, ਕੌਣ ਕੌਣ ਹੈ ਜੀ ਘਰੇ? ਘਰੇ ਕੌਣ ਕੌਣ ਹੈ? ਅੱਛਾ ਪੜ੍ਹਦੇ ਨੇ ਬੱਚੇ? ਅੱਛਾ ਹਸਬੈਂਡ ਕੀ ਕਰਦੇ ਨੇ? ਡਰਾਈਵਰ ਗੱਡੀ ਚਲਾਉਂਦੇ। ਸਰ ਜੀ ਅਸੀਂ ਰਾਸ਼ਨ ਦੇਣ ਆਏ ਹਾਂ, ਕੇਜਰੀਵਾਲ ਸਾਹਿਬ ਨਾਲ ਆਏ ਨੇ, ਹੁਣ ਤੁਹਾਨੂੰ ਰਾਸ਼ਨ ਘਰੇ ਮਿਲਿਆ? ਰਾਸ਼ਨ ਦੀ ਦੁਕਾਨ ਤੇ ਜੀ ਜਾਣਾ ਪੜੇਗਾ ਇੱਥੇ ਘਰੇ ਹਰ ਮਹੀਨੇ ਆਇਆ। ਜੇ ਕਣਕ ਚਾਹੀਦੀ ਕਣਕ ਲੈ ਲਿਓ, ਜੇ ਆਟਾ ਚਾਹੀਦਾ ਪਿਸਾ ਕੇ ਤਾਜ਼ਾ ਪਿਸਾ ਕੇ ਦੇਵਾਂਗੇ। ਇਹ ਨਹੀਂ ਹੈ ਕੋਈ ਸੁਸਰੀ ਵਾਲਾ ਜਾਂ ਪਹਿਲਾਂ ਮੰਗ ਖਰਾਬ ਮਿਲ ਜਾਂਦਾ ਸੀ। ਜਿਹੜਾ ਸਾਡੇ ਘਰੇ ਰੋਟੀ ਬਣਦੀ ਹੋਈ ਸਰ ਤੁਹਾਡੇ ਘਰੇ ਬਣਦੀ। ਹਾਂਜੀ ਕਿੱਦਾਂ ਫਿਰ? ਤੁਹਾਡਾ ਰਾਸ਼ਨ ਹਰੇਕ ਮਹੀਨੇ ਤੁਹਾਡੇ ਘਰੇ ਆਇਆ ਕਰੂਗਾ। ਅੱਜ ਸ਼ੁਰੂਆਤ ਕਰ ਲੈ ਲੈ, ਥੋੜਾ ਭਾਰੀ ਹੈ ਬੇਟਾ, ਕੋਈ ਡੱਕ ਲਾ ਆਪ ਆ ਵੀ। ਹੁਣ ਫਿਰ ਡੀਪੂ ਤੇ ਲਾਈਨ ਚ ਲੱਗਣ ਦੀ ਲੋੜ ਨੀ। ਤੁਹਾਡਾ ਆਟਾ ਲੋਗੇ? ਆਟਾ ਆਏਗਾ, ਕਣਕ ਚ ਕਣਕ ਹਰ ਮਹੀਨੇ ਆਏਗਾ। ਤੇ ਬੱਚਿਆਂ ਨੂੰ ਪੜ੍ਹਾਉਣਾ, ਪੜ੍ਹਾਈ ਬਿਲਕੁਲ ਫ੍ਰੀ ਹੈ ਸਰਕਾਰੀ ਸਕੂਲਾਂ ਚ, ਤੇ ਇਹਨਾਂ ਨੂੰ ਅਫਸਰ ਬਣਾਉਣਾ। ਫਿਰ ਜਦੋਂ ਇਹ ਅਫਸਰ ਬਣ ਗਏ ਫਿਰ ਇਹ ਘਰਾਂ ਦੀਆਂ ਗਰੀਬੀਆਂ ਚੱਕਣਗੇ। ਠੀਕ ਹੈ ਨਾ?